ਸਾਹਿਬ ਏ ਕਮਾਲ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਵਸਾਈ ਹੋਈ ਪਵਿੱਤਰ ਨਗਰੀ ਪਾਉਂਟਾ ਸਾਹਿਬ ਜੀ ਦਾ ਸਥਾਪਨਾ ਦਿਵਸ ਸ਼ਰਧਾ ਭਾਵਨਾ ਤੇ ਧੂਮ ਧਾਮ ਦੇ ਨਾਲ ਮਨਾਇਆ ਗਿਆ, ਜਿਸ ਦੇ ਵਿਚ ਵੱਡੀ ਗਿਣਤੀ ਦੇ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ ਹੈ। ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਜੀ ਦੇ ਵੱਲੋਂ ਅਖੰਡ ਪਾਠ ਸਾਹਿਬ ਗੁਰਮਤਿ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਸਵੇਰ ਤੋਂ ਹੀ ਗੁਰਬਾਣੀ ਕੀਰਤਨ, ਗੁਰਬਾਣੀ ਕੰਠ ਮੁਕਾਬਲੇ, ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਦਿਨੇ 2 ਵਜੇ ਵਿਸ਼ੇਸ਼ ਕਾਵਿ ਦਰਬਾਰ ਵੀ ਸਜਾਏ ਗਏ ਅਤੇ ਇਸ ਦੇ ਵਿਚ ਪ੍ਰਸਿੱਧ ਪੰਥਕ ਕਾਵਿ ਸੱਜਣ ਯਮੁਨਾ ਨਗਰ ਜਲੰਧਰ ਪਟਿਆਲਾ ਤੇ ਲੋਕਲ ਕਵੀ ਸੱਜਣਾ ਨੇ ਸ਼ਮੂਲੀਅਤ ਕੀਤੀ, ਆਪਣੀਆਂ ਰਚਨਾਵਾਂ ਨੂੰ ਪੇਸ਼ ਕੀਤਾ। ਇਸੇ ਦੌਰਾਨ ਭਾਈ ਨਿਸ਼ਾਨ ਸਿੰਘ ਕਥਾ ਵਾਚਕ ਨੇ ਪ੍ਰੋਗਰਾਮਾਂ ਦੇ ਬਾਰੇ ਜਾਣਕਾਰੀ ਦਿੱਤੀ। ਸਰਦਾਰ ਗੁਰਮੀਤ ਸਿੰਘ ਮੈਨੇਜਰ ਨੇ ਇਸ ਸਮਾਗਮਾਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕੀ ਕੁਛ ਕਿਹਾ, ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਦੇਸ਼ ਚਾਲ ਹਮ ਤੇ ਪੁਨ ਬਹੀ ਸ਼ਹਿਰ ਪਾਉਂਟਾ ਕੀ ਸੁਧ ਲਈ। ਪਾਉਂਟਾ ਸਾਹਿਬ ਵਿਖੇ ਸਥਾਪਨਾ ਦਿਵਸ ਅੱਜ 14, 15, 16 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਅੱਜ ਵਿਸ਼ੇਸ਼ ਤੌਰ 'ਤੇ ਕੀਰਤਨ ਦਰਬਾਰ, ਢਾਡੀ ਦਰਬਾਰ ਅਤੇ ਵਿਸ਼ੇਸ਼ ਤੌਰ 'ਤੇ ਦਸਤਾਰ ਸਜਾਉਣ ਦੇ ਮੁਕਾਬਲੇ ਹੋ ਰਹੇ ਹਨ, ਜਿਸ ਵਿੱਚ ਸੰਗਤਾਂ ਦੂਰੋਂ ਦੂਰੋਂ, ਬੱਚੇ ਦੂਰੋਂ ਦੂਰੋਂ ਆ ਕੇ ਭਾਗ ਲੈ ਰਹੇ ਹਨ। ਸੱਚੇ ਪਾਤਸ਼ਾਹ ਸਭ ਨੂੰ ਦੁੱਖ ਬਖਸ਼ੇ ਔਰ ਵਿਸ਼ੇਸ਼ ਤੌਰ 'ਤੇ ਕਵੀ ਦਰਬਾਰ ਸਜਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਪੰਜਾਬ ਤੋਂ ਜਮੁਨਾ ਨਗਰ ਤੋਂ ਕਵੀ ਸੱਜਣ ਪਹੁੰਚੇ ਹੋਏ ਹਨ ਅਤੇ ਪਟਿਆਲੇ ਤੋਂ ਬੀਬੀ ਪਰਮਿੰਦਰ ਕੌਰ ਵੀ ਪਹੁੰਚੇ ਹੋਏ ਹਨ। ਸੱਚੇ ਪਾਤਸ਼ਾਹ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਸ਼ੇਸ਼ ਸਥਾਨ ਮੁਕਾਬਲੇ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਪਾਤਸ਼ਾਹ ਦਸਵੀਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਸ ਪਾਵਨ ਸਥਾਨ ਦੇ ਸਥਾਪਨਾ ਦਿਵਸ ਮਨਾਉਂਦਿਆਂ ਹੋਇਆਂ, ਜਿਵੇਂ ਕੱਲ੍ਹ ਦੇ ਦੀਵਾਨਾਂ ਦੇ ਅੰਦਰ ਬੱਚਿਆਂ ਦੇ ਮੁਕਾਬਲੇ ਹੋਏ ਨੇ, ਗੁਰਬਾਣੀ ਕੰਠ ਮੁਕਾਬਲੇ ਹੋਏ ਨੇ, ਇਸੇ ਤਰੀਕੇ ਦੇ ਨਾਲ ਅੱਜ ਇਸ ਪਾਵਨ ਸਥਾਪਨਾ ਦਿਵਸ ਨੂੰ ਮਨਾਉਂਦਿਆਂ ਹੋਇਆਂ ਦਸਤਾਰ ਮੁਕਾਬਲੇ ਹੋ ਰਹੇ ਨੇ ਅਤੇ ਇਸ ਦਸਤਾਰ ਮੁਕਾਬਲਿਆਂ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ ਅਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਾਹਿਬਾਨਾਂ ਦੇ ਸਹਿਯੋਗ ਦੇ ਨਾਲ ਇਹ ਗੁਰਮਤਿ ਮੁਕਾਬਲੇ ਜਿਹੜੇ ਉਹ ਚੱਲ ਰਹੇ ਨੇ। ਇਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜੋ ਜੱਜਮੈਂਟ ਦੀ ਸੇਵਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਧਰਮ ਪ੍ਰਚਾਰ ਕਮੇਟੀ ਦੇ, ਸਿੱਖ ਮਿਸ਼ਨ ਹਿਮਾਚਲ ਪ੍ਰਦੇਸ਼ ਤੋਂ ਪ੍ਰਚਾਰਕ ਪਹੁੰਚੇ ਨੇ, ਭਾਈ ਤਜਿੰਦਰ ਸਿੰਘ ਜੀ ਸੁਲਤਾਨਪੁਰ ਲੋਧੀ ਤੋਂ, ਭਾਈ ਪਰਮਜੀਤ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ, ਜੋ ਕਿ ਬੱਚਿਆਂ ਦੇ ਇਸ ਦਸਤਾਰ ਮੁਕਾਬਲੇ ਦੀ ਜੱਜਮੈਂਟ ਕਰ ਰਹੇ ਨੇ। ਅਸੀਂ ਆਸ ਕਰਦੇ ਹਾਂ ਕਿ ਜੋ ਸਤਿਗੁਰੂ ਸਾਹਿਬ ਜੀ ਨੇ ਪਰੰਪਰਾ ਇਸ ਪਾਵਨ ਸਥਾਨ 'ਤੇ ਸ਼ੁਰੂ ਕੀਤੀ ਸੀ ਅਤੇ ਸਤਿਗੁਰਾਂ ਦੇ ਇਸ ਸਥਾਨ ਉੱਤੇ ਦਸਤਾਰ ਅਸਥਾਨ ਸ਼ੋਭਿਤ ਹੈ, ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਕਰਕੇ ਦਰਸ਼ਨ ਨਜ਼ਾਰੇ ਕਰਦੀਆਂ ਨੇ ਅਤੇ ਨਾਲ ਹੀ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਪਾਤਰ ਬਣਦੇ ਨੇ। ਅੱਜ ਸੁਭਾਗਾ ਸਮਾਂ ਹੈ ਕਿ ਸਾਨੂੰ ਵੀ ਇਸ ਦਸਤਾਰ ਮੁਕਾਬਲੇ ਦੇ ਵਿੱਚ ਸੇਵਾ ਨਿਭਾਉਣ ਦਾ ਜਿਹੜਾ ਅਵਸਰ ਮਿਲਿਆ ਹੈ। ਧੰਨਵਾਦ ਕਰਦਾ। ਸੋ ਅੱਜ ਦੇ ਇਸ ਰਾਜ ਦੀ ਸੇਵਾ ਜਿਹੜੀ ਹੈ
ਸਰਦਾਰ ਹਰਬਖਸ਼ ਸਿੰਘ ਜਿਹੜੇ ਉਭਾ ਰਹੇ ਨੇ, ਜਿਹਦੇ ਇੱਥੇ ਬਹੁਤ ਬਹੁਤ ਧੰਨਵਾਦ ਹੈ ਜੀ। ਪਹਿਲਾਂ ਵੀ ਬੜੀਆਂ ਸੇਵਾਵਾਂ ਆਪ ਜੀ ਨੇ ਬੰਦਿਆਂ ਨੇ, ਅਤੇ ਹੁਣ ਵੀ ਜਦੋਂ ਵੀ ਕੋਈ ਸਮਾਗਮ ਹੁੰਦਾ ਹੈ ਤਾਂ ਆਪ ਜੀ ਇਹ ਸੇਵਾਵਾਂ ਬਣਾਉਂਦੇ ਹੈ। ਬਹੁਤ ਬਹੁਤ ਧੰਨਵਾਦ ਹੈ ਜੀ। ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਬੱਚਿਆਂ ਦਾ, ਉਹਨਾਂ ਦੇ ਮਾਤਾ ਪਿਤਾ ਦਾ, ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਿੱਖਿਆ ਦੇ ਕਰਕੇ ਗੁਰੂ ਸਾਹਿਬ ਦੇ ਲੜ ਲਾਇਆ ਹੈ ਅਤੇ ਅੱਜ ਵਿੱਚ ਇਤਿਹਾਸ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਰਹੇ ਨੇ ਜੀ। ਕਲਗੀਆਂ ਵਾਲੇ, ਬਾਜਾਂ ਵਾਲੇ, ਪੱਤਾਂ ਵਾਲੇ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਰਾਜੇ ਬੁੱਧ ਪ੍ਰਕਾਸ਼ ਦੇ ਪੁੱਤ ਮੇਦਨੀ ਪ੍ਰਕਾਸ਼ ਤੇਤੀਵਾਂ ਰਾਜਾ ਹੋਏ ਹਨ। ਇਸ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਧੰਨ ਗੋਬਿੰਦ ਸਿੰਘ ਜੀ ਪਹੁੰਚੇ। ਨਾਨਕ ਜੀ ਮਹਾਰਾਜ ਨੇ ਚੱਲ ਕੇ ਇੱਥੇ ਨਗਰ ਗੋਬਿੰਦ ਸਾਹਿਬ ਛੱਡਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦਾ ਸੰਸਕਾਰ ਕੀਤਾ ਆਪਣੇ ਹੱਥੀਂ, ਅਤੇ ਨਾਲ ਨਾਲ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਪੀਰ ਬੁੱਧੂ ਸ਼ਾਹ ਜੀ ਹੋਣਾਂ ਨੂੰ ਦਸਕਾਰ ਆਪਣੀ ਇਰਸੀ ਅਤੇ ਕੇਸਾਂ ਸਮੇਤ ਅੱਖਾਂ ਦਾ ਵਿਸ਼ਿਸ਼ ਕੀਤਾ। ਜੋ ਛੋਟੀ ਦਸਤਾਰ ਸਾਧੂ ਮਹਾਰਾਜ ਜੀ ਅੱਜ ਵੀ ਨਿਸ਼ਾਨੀ ਵਜੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੌਜੂਦ ਹੈ, ਕੇਸਾਂ ਸਮੇਤ ਕੰਘਾ ਵੀ ਮੌਜੂਦ ਹੈ। ਮਹਾਰਾਜ ਇੱਥੇ ਦਸਤਾਰ ਮੁਕਾਬਲੇ ਕਰਾਉਂਦੇ ਰਹੇ, ਉਸੇ ਹੀ ਪਰੰਪਰਾ ਨੂੰ ਅੱਗੇ ਤੋਰਦੇ ਆਉਂਦੇ ਹਾਂ। ਅੱਜ ਵੀ ਪਾਉਂਟਾ ਸਾਹਿਬ ਦੀ ਧਰਤੀ 'ਤੇ ਜਦੋਂ ਕਲਗੀਆਂ ਵਾਲੇ ਨੇ ਪੱਥਰ ਦੀ ਸੰਗਰਾਂਦ ਨੂੰ ਨੀਂਹ ਪੱਥਰ ਪਾਉਂਟਾ ਸਾਹਿਬ ਦਾ ਰੱਖਿਆ ਸੀ, ਪਾਉਂਟਾ ਸਾਹਿਬ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਖੁਸ਼ੀ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਦਸਤਾਰ ਮੁਕਾਬਲੇ ਹੋ ਰਹੇ ਆ। ਤੁਸੀਂ ਦਰਸ਼ਨ ਕਰ ਚੁੱਕੇ ਹੋ, ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਤੋਂ ਬੱਚੇ ਪਹੁੰਚੇ ਆ, ਬੀ ਕੇ ਜੀ ਤੋਂ ਵੀ, ਹੋਰ ਇਲਾਕੇ ਦੇ ਸੋਹਣੀਆਂ ਦਸਤਾਰਾਂ ਸਜਾਉਣ ਵਾਲੇ ਹਨ। ਕਲਗੀਧਰ ਪਾਤਸ਼ਾਹ ਵੀ ਨਾਮ ਦੋਸ਼ ਕਰਿਆ ਕਰਦੇ ਸੀ। ਅੱਜ ਵੀ ਇਹਨਾਂ ਦਾ ਉਤਸ਼ਾਹ ਵਧਾਉਣ ਵਾਸਤੇ ਦਸਤਾਰ ਮੁਕਾਬਲਾ ਹੋ ਰਿਹਾ ਆ। ਆਪ ਸਾਰੀਆਂ ਸਾਰੀਆਂ ਦਰਸ਼ਨ ਕਰ ਰਹੇ ਹੋ, ਸਾਡੇ ਸਰਕਾਰ ਸਿੰਘੀ ਹੋਣੀ ਦੇਹਰਾਦੂਨ ਤੋਂ ਸਾਡੇ ਕੋਲ ਪਹੁੰਚੇ ਆ। ਸੋ ਤੇਜ਼ ਚੈਨਲ ਇਹਨਾਂ ਨੇ ਚਲਾਇਆ ਹੋਇਆ, ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਪੁਰਾਣੇ ਜੀ ਦੇ ਸਤਿਗੁਰੂ ਮਹਾਰਾਜ ਦੀ ਕਿਰਪਾ, ਲੰਮਾ ਸਮਾਂ ਇਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਇਸ ਵਿਹੜੇ ਦੇ ਵਿੱਚ ਸੇਵਾ ਨਿਭਾਈ ਆ। ਸੋ ਮਹਾਰਾਜ ਇਹਨਾਂ ਨੂੰ ਵੀ ਤੰਦਰੁਸਤੀਆਂ ਬਖਸ਼ਣ, ਇਸੇ ਤਰ੍ਹਾਂ ਵਿਹੜੇ ਦੇ ਵਿਹੜੇ ਸੇਵਾ ਵਧਾਉਂਦੇ ਰਹਿਣ। ਸੋ ਜਿੰਨੀਆਂ ਵੀ ਸੰਗਤਾਂ ਇਸ ਚੈਨਲ ਰਾਹੀਂ ਦਰਸ਼ਨ ਕਰ ਰਹੀਆਂ, ਸਭ ਨੂੰ ਵੀ ਪਾਉਂਟਾ ਸਾਹਿਬ ਦੇ ਸਥਾਪਨਾ ਦਿਵਸ ਦੀਆਂ ਬੇਹੱਦ ਵਧਾਈਆਂ। ਵਾਹਿਗੁਰੂ।